ਅਣਪਛਾਤੀ ਬੰਦਿਆਂ ਨੇ, ਕਦੀ ਅਣਪਛਾਤੀ ਹੋਈ ਪੁਲਿਸ ਉਹਨਾਂ ਦੇ ਪਰਚੇ ਦਿੱਤੇ। ਫੂਲਕਾ ਸਾਹਿਬ ਕੋਲ ਮੇਰੇ ਖਿਆਲ ਟਾਈਮ ਨਹੀਂ ਸੀ, ਉਹ ਕਿਸੇ ਹੋਰ ਮਿਸ਼ਨ ਨਾਲ ਆਏ ਸੀਗੇ ਕਿ ਆਪ ਦੀ ਗੌਰਮੈਂਟ ਬਣੇਗੀ, ਅਤੇ ਉਹ ਗੌਰਮੈਂਟ ਬਣੀ ਨਹੀਂ, ਉਹ ਆਪਣਾ ਬਿਜ਼ਨਸ ਉੱਥੋਂ ਜਿਹੜਾ ਐਡਵੋਕੇਸੀ ਦਾ ਉਹ ਛੱਡਣ। ਜਿਹੜੀ SIT ਜੇ ਕਾਂਗਰਸ ਦੀ ਬਣਦੀ ਆ ਅਤੇ ਉਹ ਤਾਂ ਕਾਂਗਰਸ ਹੀ ਹੋ ਗਈ, ਅਤੇ ਜਿਹੜੀ ਇਹਨਾਂ ਦੇ ਅਕਾਲੀਆਂ ਦੇ ਟਾਈਮ 'ਤੇ ਜਿਹੜੀ SIT ਬਣੀ ਸੀ ਅਤੇ ਉਹਨੇ ਫੜ ਕੇ, ਅਤੇ ਉਹਦੇ ਵੇਲੇ ਤਾਂ 1.5 ਸਾਲ ਫੜੇ ਨਹੀਂ ਗਏ, ਅਤੇ ਸਾਡੇ ਵੇਲੇ ਜੇ ਉਹਨਾਂ ਨੇ ਫੜ ਲਏ ਨੇ ਉਹਨੂੰ ਵੀ ਕਹਿ ਦੇ ਕਿ ਗਲਤ ਫੜੇ ਨਹੀਂ। ਕਲੋਜ਼ ਰਿਪੋਰਟ ਜਿਹੜੀ ਆ ਉਹਦੇ 'ਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਇਹ ਸੁਖਵੀਰ ਨਹੀਂ ਸੀ ਬੋਲ ਰਿਹਾ, ਉਹਦੇ 'ਚ ਉਹ ਮੈਨੂੰ ਪ੍ਰੇਮ ਡੇਰਾ ਪ੍ਰੇਮੀ ਦਾ ਕੋਈ ਵਰਕਰ ਬੋਲ ਰਿਹਾ ਲੱਗ ਰਿਹਾ। ਵੇਖੋ, ਜਿਹੜੀ ਸਾਡੀ ਗੌਰਮੈਂਟ ਜਿਹੜੀ ਬਰਗਾੜੀ ਇਸ਼ੂ ਜਿਹੜੀ ਇਨਕੁਆਇਰੀ ਕਰ ਰਹੀ ਹੈ, SIT ਬਣੀ ਆ ਜਾਂ ਜੋ ਅਜੇ ਤੱਕ ਅਸੀਂ ਕੀਤਾ, ਅਸੀਂ ਬਿਲਕੁਲ ਠੀਕ ਡਾਇਰੈਕਸ਼ਨ 'ਚ ਕੰਮ ਕਰ ਰਹੇ ਹਾਂ। ਔਰ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸਾਡੀ ਗੌਰਮੈਂਟ ਆਉਣ ਤੋਂ ਬਾਅਦ ਅਸੀਂ ਜਿਹੜੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਉਹਨਾਂ ਨੂੰ ਫੜ ਕੇ ਅੰਦਰ ਦਿੱਤਾ ਗਿਆ। ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਉਣ 'ਚ ਪੁਲਿਸ ਵਾਲਿਆਂ ਨੇ ਜਿਹੜੇ ਬਰਗਾ ਉੱਥੇ ਬਹਿਬਲ ਕਲਾਂ ਔਰ ਕੋਟਕਪੂਰੇ ਜਿਨ੍ਹਾਂ ਗੋਲੀ ਚਲਾਈ ਅਤੇ ਕਿਹਾ ਸੀ ਕਿ ਅਣਪਛਾਤੀ ਬੰਦਿਆਂ ਨੇ, ਕਦੀ ਅਣਪਛਾਤੀ ਹੋਈ ਪੁਲਿਸ ਉਹਨਾਂ ਦੇ ਪਰਚੇ ਦਿੱਤੇ। ਫੂਲਕਾ ਸਾਹਿਬ ਕੋਲ ਮੇਰੇ ਖਿਆਲ ਟਾਈਮ ਨਹੀਂ ਸੀ, ਉਹ ਕਿਸੇ ਹੋਰ ਮਿਸ਼ਨ ਨਾਲ ਆਏ ਸੀਗੇ ਕਿ ਆਪ ਦੀ ਗੌਰਮੈਂਟ ਬਣੇਗੀ, ਅਤੇ ਉਹ ਗੌਰਮੈਂਟ ਬਣੀ ਨਹੀਂ, ਉਹ ਆਪਣਾ ਬਿਜ਼ਨਸ ਉੱਥੋਂ ਜਿਹੜਾ ਐਡਵੋਕੇਸੀ ਦਾ ਉਹ ਛੱਡਣ। ਕੌਣ ਕਹਿੰਦੇ ਨੇ? ਮੈਂ ਇੱਕ ਸੁਖਵੀਰ ਬਾਦਲ ਨੂੰ ਪੁੱਛਣਾ ਚਾਹੁੰਦਾ ਕਿ ਜੇ 1.5 ਸਾਲ ਤੱਕ ਸੁਖਵੀਰ ਬਾਦਲ ਨੇ ਕੁਛ ਨਹੀਂ ਕੀਤਾ, ਅਤੇ ਉਹਦੀ SIT ਜਿਹੜੀ ਰਣਬੀਰ ਖੱਟੜੇ ਵਾਲੇ ਜਿਹਨੇ ਗੁਰੂ ਸਾਹਿਬ ਦੀ ਬੇਅਦਬੀ ਜਿਹਨਾਂ ਨੇ ਕੀਤੀ ਅਤੇ ਉਹ ਫੜੇ ਨੇ, ਉਹਨਾਂ ਨੂੰ ਕੀਤਾ? ਜਿਹੜੀ SIT ਜੇ ਕਾਂਗਰਸ ਦੀ ਬਣਦੀ ਆ ਅਤੇ ਉਹ ਤਾਂ ਕਾਂਗਰਸ ਹੀ ਹੋ ਗਈ, ਅਤੇ ਜਿਹੜੇ ਇਹਨਾਂ ਦੇ ਅਕਾਲੀਆਂ ਦੇ ਟਾਈਮ 'ਤੇ ਜਿਹੜੀ SIT ਬਣੀ ਸੀ ਅਤੇ ਉਹਨੇ ਫੜ ਕੇ, ਅਤੇ ਉਹਦੇ ਵੇਲੇ ਤਾਂ 1.5 ਸਾਲ ਫੜੇ ਨਹੀਂ ਗਏ, ਅਤੇ ਸਾਡੇ ਵੇਲੇ ਜੇ ਉਹਨਾਂ ਨੇ ਫੜ ਲਏ ਨੇ ਉਹਨੂੰ ਵੀ ਕਹਿ ਦੇ ਕਿ ਗਲਤ ਫੜੇ ਨੇ, ਅਤੇ ਜੇ ਇਹ ਵੀ ਕਹਿ ਦੇ ਕਿ ਕਲੋਜ਼ ਰਿਪੋਰਟ ਦੇ ਉੱਤੇ ਸੁਖਵੀਰ ਬਾਦਲ ਸਟੇਟਮੈਂਟ ਦੇ ਰਿਹਾ, ਅਤੇ ਕਲੋਜ਼ ਰਿਪੋਰਟ ਜਿਹੜੀ ਆ ਉਹਦੇ 'ਤੇ ਮੈਨੂੰ ਇਹ ਲੱਗ ਰਿਹਾ ਸੀ ਕਿ ਇਹ ਸੁਖਵੀਰ ਨਹੀਂ ਸੀ ਬੋਲ ਰਿਹਾ, ਉਹਦੇ 'ਚ ਉਹ ਮੈਨੂੰ ਪ੍ਰੇਮ ਡੇਰਾ ਪ੍ਰੇਮੀ ਦਾ ਕੋਈ ਵਰਕਰ ਬੋਲ ਰਿਹਾ ਲੱਗ ਰਿਹਾ ਸੀ। ਇਹਦੇ 'ਚ ਜਿਹੜੀਆਂ ਚੀਜ਼ਾਂ ਨੇ, ਸੁਖਵੀਰ ਨੂੰ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਹੁਣ ਜੋ ਕਹਿ ਰਹੇ ਨੇ ਕਿ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਕੋਲੋਂ ਇਨਕੁਆਇਰੀ ਹੋਣੀ ਚਾਹੀਦੀ ਸੀ, ਅਤੇ ਉਸ ਟਾਈਮ 'ਤੇ ਇਹਨਾਂ ਦੇ 2015 'ਚ ਸੁਖਵੀਰ ਹੀ ਉਹ ਮਿਨਿਸਟਰ ਸੀ, ਅਤੇ ਇਹਨਾਂ ਦੇ ਪਿਤਾ ਜੀ ਚੀਫ ਮਿਨਿਸਟਰ ਸੀ, ਉਦੋਂ ਸੁਪਰੀਮ ਕੋਰਟ ਕੋਲ ਸਾਡੀ ਕਿ ਜਾਂ ਹੋਰ ਕਿਸੇ ਕੋਲੋਂ ਵੀ ਕਰਵਾ ਲੈਂਦੇ, ਇਹਨਾਂ ਦਾ ਕੰਮ ਸੀ। ਇਹਨਾਂ ਦੇ ਜਦੋਂ ਬਾਹਰ ਚਲੇ ਜਾਂਦੇ ਲੋਕਾਂ ਨੇ ਰਿਜੈਕਟ ਕਰਦੇ ਕਿ ਸਾਡੇ 'ਤੇ ਗਲਤ ਐਲੀਗੇਸ਼ਨ ਲਾ ਰਹੇ। ਤੁਹਾਡੇ ਸਾਹਮਣੇ ਬੰਦੇ ਦੇ ਅੰਦਰ ਦੇ ਦਿੱਤੇ, ਹੁਣ ਜਾਂਚ ਕੋਰਟ ਜਿਹੜੀ ਉੱਥੇ ਕੋਰਟ ਕੋਲ, ਇੱਕ ਮਿੰਟ ਮੇਰੀ ਸੁਣ ਲਓ, ਕੋਰਟ ਕੋਲ ਚਲਾਣ ਪੇਸ਼ ਕਰਤਾ, ਹੁਣ ਕੋਰਟ ਦਾ ਕੰਮ ਹੈ ਸਾਡਾ। ਬਿਲਕੁਲ ਆਏਗਾ, ਤੁਸੀਂ ਅਜੇ ਜਦੋਂ ਕਿਸੇ ਸਪਲੀਮੈਂਟਰੀ ਚਲਾਣ ਦੇਖਾਂਗੇ।